ਔਨਲਾਈਨ ਸ਼ੋਪਿੰਗ ਕਰਨਾ ਅੱਜ ਕੱਲ੍ਹ ਲੋਕਾਂ 'ਚ ਇੱਕ ਟ੍ਰੈਂਡ ਬਣਿਆ ਹੋਇਆ। ਉੱਥੇ ਕਈ ਵਾਰ ਲੋਕ ਔਨਲਾਈਨ ਸ਼ੋਪਿੰਗ ਕੰਪਨੀਆਂ ਦੀ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਅਜਿਹਾ ਹੀ ਇੱਕ ਮਾਮਲਾ ਭਵਾਨੀਗੜ੍ਹ ਜ਼ਿਲ੍ਹੇ 'ਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਵਿਅਕਤੀ ਨੂੰ ਔਨਲਾਈਨ ਫੋਨ ਮੰਗਵਾਉਣਾ ਮਹਿੰਗਾ ਪੈ ਗਿਆ। ਜਦ ਉਸਨੇ ਔਨਲਾਈਨ ਆਇਆ ਪਾਰਸਲ ਖੋਲ੍ਹ ਕੇ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ, ਕਿਉਂਕਿ ਪਾਰਸਲ 'ਚੋਂ ਮੋਬਾਈਲ ਨਹੀਂ ਬਲਕਿ 50 ਰੁਪਏ ਦਾ ਇੱਕ ਡੰਮੀ ਫੋਨ ਨਿਕਲਿਆ। ਜਾਣਕਾਰੀ ਮੁਤਾਬਿਕ ਔਨਲਾਈਨ ਸ਼ੋਪਿੰਗ ਸਾਈਟ ਤੋਂ ਇੱਕ ਗ੍ਰਾਹਕ ਨੇ ਮੋਬਾਈਲ ਫੋਨ ਔਨਲਾਈਨ ਮੰਗਵਾ ਲਿਆ, ਪਰ ਅਚਾਨਕ ਉਸਨੂੰ ਮੋਬਾਈਲ ਫੋਨ ਖਰੀਦਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਕੰਪਨੀ ਨੇ ਹਜ਼ਾਰਾਂ ਰੁਪਏ ਦੀ ਕੀਮਤ ਦੇ ਇੱਕ ਸਮਾਰਟਫੋਨ ਬਦਲੇ ਮਹਿਜ਼ 50 ਰੁਪਏ ਦਾ ਡੰਮੀ ਫੋਨ ਹੀ ਗਾਹਕ ਨੂੰ ਭੇਜ ਦਿੱਤਾ, ਜਿਸ ਨੂੰ ਦੇਖ ਕੇ ਵਿਅਕਤੀ ਦੇ ਹੋਸ਼ ਉੱਡ ਗਏ। ਹਰਦੇਵ ਸਿੰਘ ਵਾਸੀ ਪ੍ਰੀਤ ਕਲੋਨੀ ਭਵਾਨੀਗੜ੍ਹ ਨੇ ਦੱਸਿਆ ਕਿ ਉਸਨੇ ਪਿਛਲੇ ਦਿਨੀ ਕਰੀਬ 14,000 ਦੀ ਕੀਮਤ ਵਾਲਾ ਇੱਕ ਸਮਾਰਟਫੋਨ ਇੱਕ ਨਾਮੀ ਔਨਲਾਈਨ ਸ਼ੋਪਿੰਗ ਕੰਪਨੀ ਦੇ ਜ਼ਰੀਏ ਆਰਡਰ ਕਰਕੇ ਮੰਗਵਾਇਆ ਸੀ, ਜਿਸ ਸੰਬੰਧੀ ਕੰਪਨੀ ਨੇ ਉਸਦੇ ਦਿੱਤੇ ਪਤੇ 'ਤੇ ਇੱਕ ਪੈਕਟ ਡਿਲੀਵਰ ਕਰ ਦਿੱਤਾ, ਜਿਸ 'ਚੋਂ ਮੋਬਾਈਲ ਫੋਨ ਦੀ ਥਾਂ ਪੈਕਟ 'ਚੋਂ ਮੋਬਾਈਲ ਦੀ ਸਿਰਫ ਟੁੱਟੀ ਹੋਈ ਡੰਮੀ ਹੀ ਨਿਕਲੀ, ਜਿਸ ਨੂੰ ਕੋਈ ਗ੍ਰਾਹਕ 50 ਰੁਪਏ ਵਿੱਚ ਵੀ ਨਹੀਂ ਖਰੀਦੇਗਾ। ਸ਼ੋਪਿੰਗ ਸਾਈਟ ਕੰਪਨੀ ਦੀ ਹੈਲਪਲਾਈਨ 'ਤੇ ਸ਼ਿਕਾਇਤ ਕਰਨ 'ਤੇ ਵੀ ਉਸਦੀ ਕੋਈ ਸੁਣਵਾਈ ਨਹੀਂ ਹੋਈ। ਕਈ ਵਾਰ ਕਾਲ ਕਰਨ ਮਗਰੋਂ ਕੰਪਨੀ ਦੇ ਮੁਲਾਜ਼ਮਾਂ ਨੇ ਗਾਹਕ ਤੋਂ 2 ਦਿਨ ਦਾ ਸਮਾਂ ਮੰਗਦਿਆਂ ਕਿਹਾ ਕਿ ਉਹ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਕੰਪਨੀ ਦੇ ਕਿਸੇ ਵੀ ਅਧਿਕਾਰੀ ਵੱਲੋਂ ਉਹਨਾਂ ਕੋਲ ਕੋਈ ਸੰਪਰਕ ਨਹੀਂ ਕੀਤਾ ਗਿਆ। ਠੱਗੀ ਅਤੇ ਕੰਪਨੀ ਵੱਲੋਂ ਦਿਖਾਏ ਜਾ ਰਹੇ ਗੈਰ ਜ਼ਿੰਮੇਦਾਰਾਨਾ ਰਵੱਈਏ ਤੋਂ ਨਿਰਾਸ਼ ਗਾਹਕ ਨੇ ਕਿਹਾ ਕਿ ਉਹ ਕੰਪਨੀ ਨੂੰ ਸਬਕ ਸਿਖਾਉਣ ਲਈ ਖਪਤਕਾਰ ਅਦਾਲਤ ਵਿੱਚ ਜਾਵੇਗਾ ਤਾਂ ਜੋ ਕਿਸੇ ਹੋਰ ਗਾਹਕ ਨਾਲ ਕੰਪਨੀ ਅਜਿਹੇ ਢੰਗ ਨਾਲ ਠੱਗੀ ਨਾ ਕਰ ਸਕੇ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।